Our next participant is Roo from BCom First Year. Aao sunde haan, eh sanu ki kehna chahunde ne. Please welcome Roo. Hello everyone, I am to tell importance of education. Oh bete, angreji? Yaar, sunta kya ki rahi hai? This is not a matter of competition for me. It is a matter of prestige. You're a student ji? Very good. Very good English. Topic is Indecision. From Delhi to Birmingham, education has become a business. Education, not certificate. Oli visa lagwao, de Canada chale jao. Oh Canada ni, Birmingham. एक मिनट रुक, एक मिनट। थैंक यू। वाओ। मैं भी पीछे बैठा सी। उत्थे बैठे लगता सी भी आज जड़ा को चल रहा है बहुत औखा होना। बट इत्थे आके पता लगता ते खड़ना भी बहुत औखा यार। डाइस। ਕਿੰਨੀ ਕਮਾਲ ਦੀ ਚੀਜ਼ ਬਣਾਈ ਹੈ ਨਾ, ਬੰਦੇ ਦੀ ਸ਼ਕਲ ਸਾਰਿਆਂ ਨੂੰ ਦੇਖਦੀ ਹੈ, ਇਹਦੇ ਪਿੱਛੇ ਕੰਬਦੀਆਂ ਮੇਰੇ ਲੱਤਾਂ ਕਿਸੇ ਨੂੰ ਨਹੀਂ ਦੇਖਦੀਆਂ। ਮੈਂ ਤੁਹਾਨੂੰ ਕੁਛ ਪੁੱਛਣਾ ਸੀ ਕਿ ਰੂਪ ਦੀ ਗਲਤੀ ਕੀ ਸੀ, ਮੈਨੂੰ ਕੋਈ ਸਟੇਜ 'ਤੇ ਆ ਕੇ ਦੱਸ ਸਕਦਾ? ਇੱਥੇ ਪਿੱਛੇ ਖੜ ਕੇ ਰੌਲਾ ਪਾਈ ਜਾਣਾ, ਹੂਟਿੰਗ ਕਰੀ ਜਾਣਾ, ਇਹ ਚੀਜ਼ ਦਾ ਕੋਈ ਫਾਇਦਾ ਨਹੀਂ ਜੇ ਕਿਸੇ 'ਚ ਹਿੰਮਤ ਆ ਤਾਂ ਕਰੀ ਸਟੇਜ 'ਤੇ ਆਵੇ। ਹੈਗਾ ਤੁਹਾਡੇ 'ਚ ਕੋਈ? ਤੁਸੀਂ ਆ ਜਾਓ ਭਾਅ ਜੀ, ਆ ਜਾਓ ਮੈਡਮ, ਤੁਸੀਂ ਆਓ। ਇੱਥੇ ਖੜਨ ਵਾਸਤੇ ਦਮ ਚਾਹੀਦਾ ਤੇ ਰੂਪ ਨੇ ਉਹ ਦਮ ਵਿਖਾਇਆ। ਆ ਤਾੜੀਆਂ ਉਹਦੇ ਜਜ਼ਬੇ ਵਾਸਤੇ, ਆ ਤਾੜੀਆਂ ਉਹਦੀ ਸੋਚ ਵਾਸਤੇ। ਫਰਕ ਬੜੇ ਨੇ ਪੁਰਜਾ ਓਏ ਤੇਰੇ ਮੇਰੇ ਹਾਲਾਤਾਂ ਦੇ। ਯੇ ਪੁਰਜਾ ਕਿਆ ਹੋਤੀ? ਓ ਯਾਰ ਦੱਸ ਇਹਨੂੰ। ਸਿੰਪਲ, ਜਿਸ ਕੀ ਹਮ ਰਿਸਪੈਕਟ ਕਰਤੀ ਉਸਕੋ ਪੁਰਜਾ ਬੋਲਤੀ। ਅੱਛਾ, एक मिनट। गुड इवनिंग मैम। गुड इवनिंग मैम, आपसे एक बात करनी। हाँ जी मैम। मैं आपकी बहुत रिस्पेक्ट करती। थैंक यू। और आप मुझे बहुत बढ़िया पुर्जा लगती। चल। आपका हाथ तो बहुत भारी होती, क्या खाती? व्हाट डू यू मीन बाय दैट? वड़ेवे खांदी है। तू विचो छिकू लेना, साडे हुंदिया मैडम नु कोई छेड़ जे असि मरे तां नहीं। मतलब टीचर दी रिस्पेक्ट करया करो। जिवें के मैं ਦਿਲ ਵਾਲੀ ਗੱਲ ਤਾਂ ਮੈਂ ਕਰੂੰ, ਅਗਲੇ ਮਹੀਨੇ ਵਾਲੇ ਕੰਪੀਟੀਸ਼ਨ 'ਚ ਨਾ ਆ ਫੂ ਫਾ ਕਰਨ ਵਾਲਿਆਂ ਦੀਆਂ ਜ਼ੁਬਾਨਾਂ ਨਾ ਬੰਦ ਕਰ ਦਿੱਤੀਆਂ ਨਾ। ਮੇਰਾ ਨਾਂ ਵੀ ਰੂਪ ਨੇ। ਨਹੀਂ ਨਹੀਂ, ਗੁੱਸਾ ਨਹੀਂ ਕਰੀਦਾ ਮੈਂ। ਦਿਸ ਐਨਰਜੀ ਇਜ਼ ਨੈਸੈਸਰੀ ਫੋਰ ਬੋਡੀ ਗ੍ਰੋਥ। Thank you.
ਓਏ ਆਪਣੇ ਸੈਮ ਨੂੰ ਕੀ ਹੋ ਗਿਆ? ਲੱਗਦਾ ਕੁਝ ਜ਼ਿਆਦਾ ਇੰਟਰਸਟ ਲੈ ਰਿਹਾ ਅੱਜ ਕੱਲ੍ਹ ਵਿੱਚ। ਅੱਛਾ ਜੀ, ਚੱਲ ਕੋਈ ਗੱਲ ਨਹੀਂ। ਰੂਪ। ਹਾਂ ਜੀ। ਹਾਈ, ਆਮ ਸੈਮ। ਤੁਹਾਨੂੰ ਕੌਣ ਨਹੀਂ ਜਾਣਦਾ, ਸਾਰਾ ਕਾਲਜ ਜਾਣਦਾ। ਅੱਛਾ ਲਿਸਨ, ਮੈਨੂੰ ਪਤਾ ਤੁਸੀਂ ਆਪਣੇ ਕੰਪੀਟੀਸ਼ਨ ਦੀ ਤਿਆਰੀ ਕਰ ਰਹੇ ਹੋ ਜੀ। ਜੇ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਤੁਹਾਡੀ ਹੈਲਪ ਕਰਾਂ। ਤੁਸੀਂ ਸੱਚੀ ਮੇਰੀ ਹੈਲਪ ਕਰੋਗੇ? ਆਫ ਕੋਰਸ ਯਾਰ, ਆਈਲ ਮੇਕ ਸ਼ੋਰ ਕਿ ਅਗਲਾ ਕੰਪੀਟੀਸ਼ਨ ਤੁਸੀਂ ਹੀ ਜਿੱਤੋ। ਯੂ ਨੋ, ਜੇ ਤੁਸੀਂ ਮੇਰੀ ਹੈਲਪ ਕਰਤੀ ਨਾ, ਮੈਂ ਇਹ ਕੰਪੀਟੀਸ਼ਨ ਜ਼ਰੂਰ ਜਿੱਤਣਾ, ਮੈਨੂੰ ਪਤਾ ਹੈ। ਯਾ, ਆਫ ਕੋਰਸ, ਦੈਨ ਲੈਟਸ ਜਸਟ ਡੂ ਇਟ। ਪੱਕਾ? ਯਾ, ਸ਼ੋਰ। ਥੈਂਕ ਯੂ ਸੋ ਮਚ ਸਰ। ਓਕੇ, ਦੈਨ ਲੈਟਸ ਗੋ ਫॉर ਇਟ। ਓਕੇ। ਰੂਪ, ਤੁਹਾਡੀ ਲਾਈਫ 'ਚ ਸਭ ਤੋਂ ਇੰਪੋਰਟੈਂਟ ਚੀਜ਼ ਕਿਹੜੀ ਆ? ਫਿਲਹਾਲ ਤਾਂ ਇਹ ਕੰਪੀਟੀਸ਼ਨ ਜਿੱਤਣਾ। ਤੇ ਤੁਹਾਡੀ ਲਾਈਫ 'ਚ? ਮੇਰੀ ਮਾਂ, ਮੈਂ ਉਹਨਾਂ ਬਿਨਾਂ ਨਹੀਂ ਰਹਿ ਸਕਦਾ। ਯਾਰ ਰੂਪ, ਅੱਜ ਕੱਲ੍ਹ ਦਾ ਟਾਈਮ ਮਾਡਰਨ ਹੈ ਯਾਰ, ਨਾਲ ਤੇਰੇ ਇਸ ਬਦਲੇ ਰੂਪ ਨੂੰ ਦੇਖ ਕੇ ਲੋਕਾਂ ਦਾ ਨਜ਼ਰੀਆ ਬਦਲਣਾ ਚਾਹੀਦਾ। ਵੈਲ, ਆਈ ਹੋਪ ਕਿ ਬਦਲ ਜੇ। ਜ਼ਰੂਰ ਬਦਲੇਗਾ। ਲੇਡੀਜ਼ ਐਂਡ ਜੈਂਟਲਮੈਨ, ਪਲੀਜ਼ ਵੈਲਕਮ ਦਿ ਸਟਾਰ ਆਫ ਟੁਨਾਈਟ, ਮਿਸ ਰੂਪ। ਸਾਥ ਰਹਿ ਕੇ ਨਹੀਂ ਪੇਪਰ ਦਾ ਰਿਜ਼ਲਟ ਦਿੱਤੇ ਦੇ ਆਉਣ ਵਾਲਾ ਬਾਈ। ਵਧੀਆ ਵਧੀਆ, ਟੈਨਸ਼ਨ ਲੈਣ ਦੀ ਲੋੜ ਨਹੀਂ। ਹੋਰ ਫਿਰ ਸਵਾਮੀ ਜੀ, ਘਰ ਪੇ ਕੈਸਾ ਸਭ? ਇਕਦਮ ਬੜਿਆ ਜੀ। ਯਾਰ ਗਾਹਾਂ ਜੇਤੀ ਭੁੱਲ ਗਿਆ, ਤਾਂ ਵੀ ਤੁਸੀਂ ਛੱਡੋ। ਕੀ ਸੀ ਗਾਹਾਂ ਯਾਰ? ਚੀਰ ਵਾਲੇ ਆ ਵੇਖਦਾ ਵੇ ਮੇਰਾ ਲੌਂਗ ਵਾਚਾ। ਉਸਤਾਦ ਮੰਨ ਮੇਰੀ ਗੱਲ, ਪੰਜਾਬੀ ਬੋਲਦੀ ਜ਼ਿਆਦਾ ਸੋਹਣੀ ਲੱਗਦੀ ਹੈ। ਓ ਸੂਹੇ ਵੇ ਚੀਰੇ ਵਾਲਿਆ, ਮੈਂ ਕਹਿੰਨੀ ਆ ਕਰ ਛਤਰੀ ਦੀ ਛਾਂ, ਮੈਂ ਛਾਵੇਂ ਬੈਨੀ ਆ। ਬੈਸਟ ਆਫ ਲੱਕ ਰੂਪ। ਓਏ ਸੈਮ, ਸੈਮ ਤੁਹਾਡੇ ਅੰਗਰੇਜ਼ੀ ਵਾਲੇ ਮਾਸਟਰ ਤੋਂ ਰੁੱਸ ਕੇ ਭੱਜ ਗਏ, ਅੰਗਰੇਜ਼ੀ ਕੌਣ ਸਿਖਾਊ ਹੁਣ? ਤੁਸੀਂ ਉਹ ਪੰਜਾਬੀ ਬੋਲੇ ਨਾ ਤੇ ਮੈਂ ਇੰਗਲਿਸ਼ ਵਿੱਚ ਅੜਦਾ ਸੀ। ਸਤਿ ਸ਼੍ਰੀ ਅਕਾਲ ਜੀ। ਅੜਨਾ ਕਿਉਂ ਭੁੱਲਰ ਸਾਹਿਬ, ਪ੍ਰੈਕਟਿਸ ਕਰੋਗੇ ਤਾਂ ਆਜੂਗੀ। ਮੈਡਮ ਕੋਈ ਪਿਆਰ ਨਾਲ ਪ੍ਰੈਕਟਿਸ ਕਰਾਵੇ, ਮੈਂ ਤਾਂ ਅੰਗਰੇਜ਼ੀ ਦੀ ਡਸਟ ਪੱਟ ਦਿਆਂ। ਡਸਟ? ਧੂੜ? ਤੁਹਾਡਾ ਕੁਛ ਨਹੀਂ ਹੋ ਸਕਦਾ। ਮੈਮ, ਕਿਉਂ ਨਹੀਂ ਹੋ ਸਕਦਾ? ਇਹ ਤਾਂ ਤੁਹਾਡੇ ਕਰਕੇ ਅੰਗਰੇਜ਼ੀ ਨਾਲ ਨੇੜਤਾ ਹੋ ਰਹੀ, ਨਹੀਂ ਤੇ ਸਾਡੇ ਤਾਂ ਅੰਗਰੇਜ਼ੀ ਨਾਲ ਪਾਕਿਸਤਾਨ ਵਰਗੇ ਸੰਬੰਧ ਨੇ। ਤੇ ਮੈਂ ਉਹਦੇ ਲੱਕ ਤੇ ਮਰਦਾ ਸੀ। ਯੈਸ, ਇੱਡੀ ਮੋਟੀ ਕਿਤਾਬ ਚੱਕੀ ਫਿਰਦਾ, ਕਰੇਗਾ ਐਤਕੀ ਪੀਸੀਐਸ ਕਲੀਅਰ? ਹੈ ਉਹ ਦੇਖਦੇ ਹਾਂ। ਸੁਆਮੀ ਦਾ ਕਰਜ਼ ਮਿਲਦਾ ਐਤਕੀ? ਮੇਰੇ ਕੋ ਵੀ ਲੱਗਦਾ ਬਣਦਾ ਯਾਰ, ਇਹਦਾ ਬਣਦਾ ਹਨਾ, ਦੱਸਦਾ ਨਹੀਂ ਕਰੂ, ਇਹ ਦੇਖੀ ਜਾਈ। ਹੈਲੋ ਐਮੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਆਪਾਂ ਕਿੱਧਰ ਜੀ? ਮੈਂ ਨਾ ਸਪੀਚ ਦੀ ਤਿਆਰੀ ਕੀਤੀ ਆ ਇੰਗਲਿਸ਼ 'ਚ, ਤੁਸੀਂ ਸੁਣੋਗੇ ਪਲੀਜ਼? ਆ ਕਿੱਧਰ ਮਰ ਗਏ, ਕੀ ਹੋਇਆ? ਛਾਪਾ ਪੈ ਗਿਆ ਯਾਰ। ਐਮੀ, 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 ਇਨ ਐਡੀਸ਼ਨ ਟੂ ਯੂਜ਼ਿੰਗ ਦ ਇਨ ਇੰਡਕਟਿਵ ਸੀਕੁਐਂਸ ਸਟਾਈਲਿਸਟਿਕ ਟੈਕਨੀਕਸ ਆ ਕੀ ਹੈ ਯਾਰ, ਅੱਜ ਕੱਲ੍ਹ ਕੋਈ ਕਿਸੇ ਦੀ ਹੈਲਪ ਕਰਨ ਨੂੰ ਹੀ ਨਹੀਂ ਤਿਆਰ। ਹੈਲੋ ਆਲ, ਸਤਿ ਸ਼੍ਰੀ ਅਕਾਲ ਜੀ। ਓਕੇ, ਮੈਨੂੰ ਤੁਹਾਡੇ ਨਾਲ ਕੰਮ ਸੀ। ਮੈਂ ਨਾ ਕੰਪੀਟੀਸ਼ਨ ਲਈ ਇੱਕ ਸਪੀਚ ਤਿਆਰ ਕੀਤੀ ਆ, ਤੇ ਮੈਂ ਚਾਹੁੰਦੀ ਹਾਂ ਕਿ ਉਹ ਤੁਸੀਂ ਸਾਰੇ ਸੁਣੋ ਤੇ ਮੈਨੂੰ ਤੁਸੀਂ ਆਪਣਾ ਫੀਡਬੈਕ ਦਿਓ, ਠੀਕ ਆ? ਦਊਗਾ, ਸਵਾਮੀ ਦਊ ਦਈ ਬਈ। ਹਾਂ, ਤੇ ਜੇ ਮੇਰੀ ਕੋਈ ਵੀ ਗਲਤੀ ਆ ਪਲੀਜ਼ ਮੈਨੂੰ ਦੱਸ ਦਿਓ, ਮੈਂ ਸੁਣਾਵਾਂ। ਧਿਆਨ ਨਾਲ ਸੁਣੇ। ਓਕੇ, ਸੋ ਮਾਈ ਟੌਪਿਕ ਇਜ਼ ਵਨ ਸ਼ੁੱਡ ਆਲਵੇਜ਼ ਟਰਾਈ। ਸੋ ਆਈ ਵੁੱਡ ਲਾਈਕ ਟੂ ਸੇ ਦੈਟ ਵਨ ਸ਼ੁੱਡ ਆਲਵੇਜ਼ ਟਰਾਈ ਐਂਡ ਵਨ ਸ਼ੁੱਡ ਨੈਵਰ ਗਿਵ ਅਪ। If you do not try, so if we don't try, how will we get to know that we can do?
ਤੁਸੀਂ ਕਿੱਥੇ ਜਾ ਰਹੇ ਹੋ ਸਾਰੇ? ਓਕੇ, so how will we get to know that we can do this thing or we cannot? So we get to know about really meri speech nahi vadhiya lagi. Wow ji, thonu meri speech really nahi soni lagi. Oye hoye 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 hoye, kya gaunde ha man sahab yaar. What, tusi meri speech suni hoi nahi hale tak? What was that and what was this? Very disgusting. Agge naal na mere naal kade gal lag. ਮੈਂ ਜਾ ਰਹੀ ਹਾਂ ਬਸ। ਓ ਨਹੀਂ ਨਹੀਂ, ਗੱਲ ਸੁਣ ਗੱਲ ਸੁਣ ਰੂਪ। ਬਹੁਤੀ ਕੁੜੀਆਂ ਤੇ ਅੱਖ ਨਹੀਂ ਉਹ ਰੱਖਦੇ, ਗੱਲ ਕਰਨ ਤੋਂ ਪਹਿਲਾਂ ਬੜਾ ਜੱਕਦੇ। ਬਹੁਤੀ ਕੁੜੀਆਂ ਤੇ ਅੱਖ ਨਹੀਂ ਉਹ ਰੱਖਦੇ, ਗੱਲ ਕਰਨ ਤੋਂ ਪਹਿਲਾਂ ਬੜਾ ਜੱਕਦੇ। ਹੋ ਕੱਲ ਫੋਟੋ ਤੇਰੀ ਵੇਖੀ ਫੇਸਬੁੱਕ ਤੇ, ਦਿਲ ਉਦੋਂ ਦਾ ਹੀ ਸਾਡਾ ਤੱਕ ਤੱਕ ਤੇ। ਅੰਗਰੇਜ਼ੀ ਹੱਥ ਟੈਟ ਕੁੜੀਏ, ਵਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ, ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ। ਸੀ ਸਕੂਲੇ ਨੀ ਮੈਂ ਪੜ੍ਹਦਾ, ਉਦੋਂ ਵੀ ਅੰਗਰੇਜ਼ੀ ਚ ਸੀ ਅੜਦਾ। ਮੁੰਡੇ ਸ਼ਹਿਰੀਆਂ ਦੇ ਕੰਮਾਂ ਨੂੰ ਏ ਤੇਜ ਸੀ, ਟੋਲਾ ਉਹਨਾਂ ਦਾ ਸੀ ਤਾਂ ਵੀ ਸਾਥੋਂ ਸੜਦਾ। ਉਹ ਨਿੱਤ ਹੁੰਦੀ ਸੀਗੀ ਮਿੱਤਰਾਂ ਦੀ ਫੈਟ ਕੁੜੀਏ, ਹੁੰਦੀ ਸੀਗੀ ਮਿੱਤਰਾਂ ਦੀ ਫੈਟ ਕੁੜੀਏ। ਵਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ, ਅੰਗਰੇਜ਼ੀ ਹੱਥ ਟੈਟ ਕੁੜੀਏ, ਵਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ, ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ। ਬੇਬੇ ਮੇਰੀ ਪਾਲਦੀ ਰਵੇ, ਨਿੱਤ ਮੌੜ ਜਿਹੀਆਂ ਕੁੜੀਆਂ ਨੂੰ ਟਾਲਦੀ ਰਵੇ। ਉਹ ਤਾਂ ਲੱਭਦੀ ਆ ਕੁੜੀ ਦੇਸੀ ਸੋਬਰ ਜਹੀ, ਜਿਹੜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਹੇ। ਉਹਨੂੰ ਸਮਝ ਨਾ ਆਵੇ ਗੁੱਡ ਨੈਟ ਕੁੜੀਏ, ਸਮਝ ਨਾ ਆਵੇ ਗੁੱਡ ਨੈਟ ਕੁੜੀਏ। ਵਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ, ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ। ਵਾਲੀ ਕਰਿਆ ਨਾ ਕਰ ਦਿਸ ਦੈਟ ਕੁੜੀਏ, ਜੱਟ ਦੇਸੀ ਦਾ ਅੰਗਰੇਜ਼ੀ ਹੱਥ ਟੈਟ ਕੁੜੀਏ। ਗਾਇਜ਼ ਉਹ ਦੇਖੋ ਮਿਲ ਗਿਆ ਦੇਸੀ ਨੂੰ ਦੇਸੀ। ਇਹਦੇ ਨਾਲ ਹੀ ਜਾਈ ਹੁਣ ਪਿੰਡ ਜਾ ਕੇ ਵਿਆਹ ਕਰਾ ਲਈ ਪੇਂਡੂ ਕਿਸੇ ਥਾਂ ਦੇ ਦੇਸੀ ਸਵਾਗ। ਯੈਸ ਵੀ ਆਰ ਦੇਸੀ, ਵਾਟ ਡੂ ਯੂ ਥਿੰਕ ਯੂ ਆਰ ਅਮਰੀਕਨ? ਹੂ ਹੈਜ਼ ਗਿਵਨ ਯੂ ਦ ਪਾਵਰ ਟੂ ਡਿਸਾਈਡ ਵਾਟ ਇਜ਼ ਰਾਈਟ ਐਂਡ ਵਾਟ ਇਜ਼ ਰੋਂਗ? ਡੋਨਟ ਜੱਜ ਅ ਬੁੱਕ ਬਾਈ ਇਟਸ ਕਵਰ। And if a book is Punjabi, don't even think about judging it. Chhad, that's good. ਮੇਰਾ ਗੱਲ ਸੁਣੋ, ਅੰਗਰੇਜ਼ੀ ਲੈਕਚਰ ਬਥੇਰੇ ਹੋ ਗਏ ਹੋਣਾ, ਜੇ ਗਾਂ ਨੂੰ ਕਿਸੇ ਨਾਲ ਬਦਤਮੀਜ਼ ਕੀਤੀ ਨਾ ਅੰਗਰੇਜ਼ੀ 'ਚ ਪੰਚ ਨਹੀਂ ਪੰਜਾਬੀ 76 ਪੀਰੀਅਡ ਕਰੂੰਗਾ ਮੈਂ। ਚੱਲ ਚੱਲ ਨਿਕਲੇ ਤੂੰ। ਤੂੰ ਤਾਂ ਬਹੁਤ ਘੈਂਟ ਇੰਗਲਿਸ਼ ਬੋਲ ਲੈਂਦਾ,
ਕੱਲ ਹੋਣ ਵਾਲੇ ਕੰਪੀਟੀਸ਼ਨ ਜੇ ਮੇਰੀ ਥੋੜੀ ਜੀ ਹੈਲਪ ਕਰ ਦਿੰਦਾ ਮੈਂ ਕੰਪੀਟੀਸ਼ਨ ਪੱਕਾ ਜਿੱਤ ਜਾਣਾ ਸੀ। ਗੱਲ ਪਤਾ ਕੀ ਆ, ਮੇਰਾ ਦਿਲ ਪੰਜਾਬੀ ਬੋਲਦਾ ਤੇ ਮੈਂ ਸਿਰਫ ਦਿਲ ਵਾਲੀ ਗੱਲ ਸੁਣਦਾ। ਓਕੇ ਅੱਛਾ ਰੂਪ ਗੱਲ ਸੁਣੀ ਯਾਰ, ਪੰਜਾਬੀ ਬਹੁਤ ਸੋਹਣੀ ਬੋਲਦੀ ਆ, ਜੇ ਕੱਲ ਦੇ ਕੰਪੀਟੀਸ਼ਨ ਦੇ ਵਿੱਚ ਤੂੰ ਪੰਜਾਬੀ ਬੋਲੇ ਮੈਨੂੰ ਪੂਰਾ ਯਕੀਨ ਹੈ ਤੂੰ ਸਾਰਿਆਂ ਦਾ ਦਿਲ ਜਿੱਤ ਲੈਣਾ ਯਾਰ। ਤੂੰ ਬਿਲਕੁਲ ਸਹੀ ਕਹਿ ਰਹੇ ਅਮੀ, ਬੱਚਿਓ ਨਾ ਪੰਜਾਬੀ ਨਾਲ ਦਿਲ ਤਾਂ ਜਿੱਤੇ ਜਾ ਸਕਦੇ ਆ ਪਰ ਕੰਪੀਟੀਸ਼ਨ ਨਹੀਂ। To understand the value of our dreams, our attitude towards the life is what makes us. So just be yourself and do whatever that makes you. Thank you. Hello everyone. Confidence. This is something we all should have. This is something which gives the strength to fulfill our dreams. This makes us believe in ourselves. So just do whatever you feel is right for you. Believe in yourself. And you might fall, you might make mistakes, but just learn from all the experiences, bad or good, and rise up. Don't fear. And you know, this is one thing I'm now full of. Thank you very much. Thank you. That was an impressive speech. Now we have a wild card entry. Please welcome Amrinder Singh. ਸਭ ਤੋਂ ਪਹਿਲਾਂ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਮੈਂ ਅੱਜ ਤੱਕ ਸਿਰਫ ਟੀਵੀ ਦੇ ਰਿਐਲਿਟੀ ਸ਼ੋਜ਼ ਦੇ ਵਿੱਚ ਵਾਈਲਡ ਕਾਰਡ ਐਂਟਰੀ ਬਾਰੇ ਵੇਖਿਆ ਸੀ ਅਤੇ ਸੁਣਿਆ ਸੀ, ਅਤੇ ਅੱਜ ਮੇਰੀ ਐਂਟਰੀ ਵੀ ਵਾਈਲਡ ਕਾਰਡ ਹੋਈ ਆ ਜੀ, ਅਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਕੁਛ ਕੁ ਲੋਕ ਵਿੱਚੋਂ ਸੋਚਦੇ ਹੋਣੇ ਵੀ ਦੇਸੀ ਜਿਹਾ ਬੰਦਾ ਪੇਂਡੂ ਜਿਹਾ ਅੰਗਰੇਜ਼ੀ ਦੇ ਕੰਪੀਟੀਸ਼ਨ 'ਚ ਸਟੇਜ 'ਤੇ ਕਿੱਥੋਂ ਚੜ੍ਹ ਆਇਆ। ਕੁਛ ਕੁ ਮੇਰੇ ਆਪਣੇ, ਮੇਰੇ ਘਰ ਦੇ ਮੈਨੂੰ ਚਾਹੁਣ ਵਾਲੇ ਸ਼ਰਮਿੰਦਾ ਹੋ ਰਹੇ ਹੋਣੇ ਵੀ ਐਮੀ ਅੰਗਰੇਜ਼ੀ ਦੇ ਕੰਪੀਟੀਸ਼ਨ 'ਚ ਪੰਜਾਬੀ ਕਿਉਂ ਬੋਲੀ ਜਾਂਦਾ। ਮੈਂ ਇੱਥੇ ਕਿਸੇ ਨੂੰ ਗਿਆਨ ਵੰਡਣ ਨਹੀਂ ਆਇਆ, ਮੈਂ ਤੁਹਾਨੂੰ ਸਿਰਫ ਅੱਜ ਇੱਕ ਕਹਾਣੀ ਸੁਣਾਉਣਾ ਆ, ਮੈਂ ਆਪਣੇ ਦਿਲ ਵਾਲੀ ਗੱਲ ਸਾਂਝੀ ਕਰਨਾ ਆ, ਅਤੇ ਅੱਜ ਮੈਂ ਇਸ ਡਾਈਸ ਦਾ ਸਹਾਰਾ ਵੀ ਨਹੀਂ ਲਊਂਗਾ, ਅਤੇ ਅੱਜ ਮੇਰੀਆਂ ਲੱਤਾਂ ਵੀ ਨਹੀਂ ਕੰਬਣਗੀਆਂ, ਅਤੇ ਅੱਜ ਮੇਰੀ ਆਵਾਜ਼ ਵੀ ਨਹੀਂ ਕੰਬੂਗੀ। ਇਹ ਕਹਾਣੀ ਇੱਕ ਨਿੱਕੇ ਜਿਹੇ ਬੱਚੇ ਅਤੇ ਉਹਦੀ ਮਾਂ ਦੀ ਆ। ਇੱਕ ਨਿੱਕਾ ਜਿਹਾ ਬੱਚਾ ਜਿਹਨੂੰ ਕੁਝ ਵੀ ਨਹੀਂ ਆਉਂਦਾ, ਉਹਦੀ ਮਾਂ ਉਹਨੂੰ ਬੋਲਣਾ ਸਿਖਾਉਂਦੀ ਆ, ਉਹਨੂੰ ਪੜ੍ਹਨਾ ਸਿਖਾਉਂਦੀ ਆ, ਅਤੇ ਉਹਨੂੰ ਲਿਖਣਾ ਸਿਖਾਉਂਦੀ ਆ, ਉਹਨੂੰ ਤੁਰਨਾ ਸਿਖਾਉਂਦੀ ਆ, ਦੁਨੀਆ ਸਮਝਾਉਂਦੀ, ਉਹਦੀ ਮਾਂ ਉਹਨੂੰ ਤੇ ਕਾਮਯਾਬ ਇਨਸਾਨ ਬਣਾਉਂਦੀ ਆ, ਅਤੇ ਹੁਣ ਉਹਦਾ ਉੱਠਣਾ ਬੈਠਣਾ ਵੱਡੇ ਅਤੇ ਪੜ੍ਹੇ ਲਿਖੇ ਲੋਕਾਂ 'ਚ ਹੋਇਆ। ਇੱਕ ਦਿਨ ਮਾਂ ਉਹਦੀ ਕਾਮਯਾਬੀ ਵੇਖਣ ਉਹਦੇ ਆਫਿਸ ਉਹਦੇ ਦਫ਼ਤਰ ਗਈ, ਅਤੇ ਉੱਥੇ ਨਾਲ ਦੇ ਕਹਿੰਦੇ ਸਾਨੂੰ ਅੱਜ ਤੇਰੀ ਮਾਂ ਨੂੰ ਵੇਖ ਕੇ ਪਤਾ ਲੱਗਿਆ ਤੂੰ ਤਾਂ ਇੱਕ ਦੇਸੀ ਜਾਂ ਇੱਕ ਪੇਂਡੂ ਜਾਂ ਇੱਕ ਗਵਾਰ ਜਿਹਾ ਬੰਦਾ। ਉੱਥੇ ਬੜਾ ਸ਼ਰਮਿੰਦਾ ਹੁੰਦਾ ਉਹ, ਜਦੋਂ ਘਰ ਆਉਂਦਾ ਤਾਂ ਆਪਣੀ ਮਾਂ ਨੂੰ ਕਹਿੰਦਾ ਵੀ ਮਾਤਾ ਤੂੰ ਮੇਰੇ ਆਫਿਸ ਨਾ ਆਇਆ ਕਰ, ਬੇਬੇ ਤੂੰ ਮੇਰੇ ਆਫਿਸ ਨਾ ਆਇਆ ਕਰ, ਲੋਕ ਹੱਸਦੇ ਆ ਮੇਰੇ 'ਤੇ, ਆਫਿਸ ਕੀ ਤੂੰ ਮੇਰੇ ਕਲੱਬਾਂ 'ਚ ਵੀ ਨਾ ਆਇਆ ਕਰ, ਮੇਰੀਆਂ ਪਾਰਟੀਆਂ 'ਚ ਵੀ ਨਾ ਆਇਆ ਕਰ, ਮੈਂ ਥੱਕ ਹਾਰ ਕੇ ਆਊਂਗਾ ਤੇਰੀ ਗੋਦ 'ਚ, ਮੈਂ ਤੈਨੂੰ ਮਿਲਦਾ ਰਾਤ ਨੂੰ ਆ ਕੇ, ਮੈਂ ਰੋਜ਼ ਮਿਲੂੰਗਾ ਤੈਨੂੰ, ਉੱਥੇ ਨਾ ਆਇਆ ਕਰ ਬੇਬੇ, ਪਲੀਜ਼ ਘਰ 'ਚੋਂ ਬਾਹਰ ਨਾ ਜਾਇਆ ਕਰ। ਉਹੀ ਮਾਂ ਜਿਹਨੇ ਉਹਨੂੰ ਤੁਰਨਾ ਸਿਖਾਇਆ, ਉਹਨੂੰ ਬੋਲਣਾ ਸਿਖਾਇਆ, ਉਹਨੂੰ ਦੁਨੀਆ ਸਮਝਾਈ, ਉਹਨੂੰ ਇੱਕ ਕਾਮਯਾਬ ਇਨਸਾਨ ਬਣਾਇਆ, ਅਤੇ ਉਸ ਬੰਦੇ ਨੇ ਉਹਨੂੰ ਆਪਣੇ ਘਰ 'ਚ ਕੈਦ ਕਰਤਾ। ਤੁਹਾਨੂੰ ਪਤਾ ਉਹ ਮਾਂ ਕੌਣ ਆ? ਆਪਣੀ ਮਾਂ ਬੋਲੀ ਪੰਜਾਬੀ।
जिन्हें सानू बोलना सिखाया, जिन्हें सानू तुरना सिखाया, दुनिया समझाई, ते कामयाब इंसान बनाया। ते आज असी उन्हें अपने घर कैद किया। ते जेड़ा बंदा अपनी मां नू प्यार नहीं करता, मैनू सख्त नफरत है जे बंदे तो। मैनू माण अपनी मां बोली पंजाबी ते, मैनू माण अपनी मां ते। कुछ लोग सोचते भी पंजाबी मां बोली नाल सिर्फ दिल जिते जा सकते, कंपीटिशन नहीं। शायद उन्होंने कदे अपने दिल की गल सुनी नहीं। हमेशा अपने दिल वाली गल सुननी चाहिए। ते मेरा दिल पंजाबी बोलता। जेड़ा बंदा अपने दिल वाली गल नहीं सुनता, वो एक झूठा इंसान है, एक फरेबी इंसान है, ते एक मकार इंसान है। ते जे तुसी कामयाब पंजाबी हो, ते सारे अज मेरे नाल एक वादा करो भी अपनी मां बोली पंजाबी कदे नहीं भुलांगे, क्योंकि साड़ी कामयाबी दे विच साड़ी मां दी कामयाबी, ते साड़ी कामयाबी दे विच साड़ी मां बोली पंजाबी दी कामयाबी। धन्यवाद जी।